गुरु प्यारियो, वाहिगुरु जी का खालसा वाहिगुरु जी की फतेह। नींद साडे सारिਆਂ ਲਈ बहुत ਜ਼ਰੂਰੀ ਆ। ਜੇ ਬੰਦਾ ਸੌਵੇਂ ਨਾ ਤੇ ਬੰਦਾ ਇੱਕ ਕਮਲਿਆਂ ਦੀ ਤਰ੍ਹਾਂ ਵਿਹਾਰ ਕਰਦਾ। ਤੇ ਚੰਗੀ ਨੀਂਦ ਲੈਣ ਲਈ ਅੱਜ ਮੈਂ ਤੁਹਾਡੇ ਨਾਲ 10 ਗੱਲਾਂ ਸਾਂਝੀਆਂ ਕਰਾਂਗਾ। ਉਹ ਤੁਸੀਂ ਜੇਕਰ ਪੱਲੇ ਬੰਨੋਗੇ ਤੇ ਤੁਹਾਡੀ ਜਿਹੜੀ ਨੀਂਦ ਆ ਉਹ ਤੁਹਾਨੂੰ ਸਹੀ ਢੰਗ ਨਾਲ ਆ ਜਾਇਆ ਕਰੇਗੀ। ਤਾਂ ਆਓ ਆਪਾਂ ਜਾਣਦੇ ਹਾਂ ਇਹ 10 ਗੱਲਾਂ ਕਿਹੜੀਆਂ ਹਨ। ਇਹ ਗੱਲਾਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਕੇਵਲ ਸੁਣਨੀਆਂ ਹੀ ਨਹੀਂ, ਲਾਗੂ ਵੀ ਕਰਨੀਆਂ। ਫਿਰ ਤੁਸੀਂ ਦੇਖਿਓ ਤੁਹਾਨੂੰ ਕਿੰਨੀ ਸੋਹਣੀ ਨੀਂਦ ਆਇਆ ਕਰੂਗੀ, ਚੰਗੀ ਨੀਂਦ ਆਇਆ ਕਰੂਗੀ ਤੇ ਸਾਰਾ ਦਿਨ ਤੁਸੀਂ ਆਪਣੇ ਆਪ ਨੂੰ ਤਾਜ਼ਾ ਮਹਿਸੂਸ ਕਰੋਗੇ। ਕੰਮ ਵੀ ਤੁਸੀਂ ਜਿਹੜੇ ਕਰੋਗੇ ਚੜ੍ਹਦੀ ਕਲਾ 'ਚ ਹੀ ਕਰੋਗੇ। ਸਭ ਤੋਂ ਪਹਿਲੀ ਗੱਲ ਆ, ਕੁਝ ਲੋਕ ਜਿਹੜੇ ਆ ਉਹ ਇਸ ਤਰ੍ਹਾਂ ਵੀ ਉਹਨਾਂ ਦੇ ਸੌਣ ਦਾ ਕੋਈ ਪੱਕਾ ਟਾਈਮ ਨਹੀਂ ਹੁੰਦਾ। ਛੋਟੀ ਜਿਹੀ ਕਹਾਣੀ ਸੁਣੋ, ਇੱਥੋਂ ਆਪਾਂ ਗੱਲ ਸ਼ੁਰੂ ਕਰਾਂਗੇ। ਇੱਕ ਵਾਰੀ ਬੀਰਬਲ ਨੇ ਅਕਬਰ ਰਾਜੇ ਨੂੰ ਪੁੱਛਿਆ ਕਿ ਤੁਸੀਂ ਸੌਣ ਦੇ ਬਾਰੇ ਕੀ ਤੁਹਾਡੇ ਖਿਆਲ ਆਤਾ। ਅਕਬਰ ਨੇ ਕਿਹਾ, ਮੈਂ ਨਹੀਂ ਜਾਣਦਾ, ਤੂੰ ਬਹੁਤ ਜ਼ਿਆਦਾ ਬੁੱਧੀਮਾਨ ਆ, ਤੂੰ ਹੀ ਦੱਸ ਵੀ ਬੰਦੇ ਨੂੰ ਕਦੋਂ ਸੌਣਾ ਚਾਹੀਦਾ ਤੇ ਕਦੋਂ ਜਾਗਣਾ ਚਾਹੀਦਾ। ਉਦੋਂ ਫਿਰ ਬੀਰਬਲ ਨੇ ਜਵਾਬ ਦਿੱਤਾ ਸੀ, ਜਦੋਂ ਪੰਛੀ ਸੌਂ ਜਾਂਦੇ ਆ ਬੰਦੇ ਨੂੰ ਸੌਂ ਜਾਣਾ ਚਾਹੀਦਾ ਤੇ ਜਦੋਂ ਪੰਛੀ ਉੱਠਦੇ ਆ ਤੇ ਬੰਦੇ ਨੂੰ ਉੱਠ ਜਾਣਾ ਚਾਹੀਦਾ। ਬੀਰਬਲ ਦੇ ਕਹਿਣ ਦਾ ਭਾਵ ਇਹ ਸੀਗਾ ਕਿ ਬੰਦੇ ਦੀ ਜਿਹੜੀ ਨੀਂਦ ਆ ਉਹ ਪ੍ਰਕਿਰਤੀ ਦੇ ਅਨੁਸਾਰ ਨਹੀਂ ਹੈਗੀ। ਬੰਦਾ ਕਈ ਵਾਰੀ ਆਪਾਂ ਮੋਬਾਈਲ ਚਲਾਉਂਦੇ 12 ਵਜਾ ਦਿੰਦੇ ਆ। ਕਈ ਇਹੋ ਜਿਹੇ ਆ ਉਹਨਾਂ ਦੇ ਸੌਣ ਦਾ ਕੋਈ ਟਾਈਮ ਨਹੀਂ, ਕਦੇ 9 ਵਜੇ, ਕਦੇ 10 ਵਜੇ, ਕਦੇ 11 ਵਜੇ। ਤਾਂ ਇਹ ਭਾਈ ਇੱਕ ਰੁਟੀਨ ਰੱਖਣੀ ਪੈਣੀ ਤੁਹਾਨੂੰ। ਇੱਕ ਸਮਾਂ ਹੁੰਦਾ ਵੀ ਆਪਣਾ ਪੱਕਾ ਸੌਣ ਦਾ ਸਮਾਂ ਪੱਕਾ ਹੋਵੇ ਵੀ ਇੰਨੇ ਵਜੇ ਮੈਂ ਸੌਣਾ ਹੀ ਸੌਣਾ। ਜਦੋਂ ਤੁਸੀਂ ਸੌਣ ਦਾ ਪੱਕਾ ਟਾਈਮ ਮਿੱਥ ਲਓਗੇ, ਇੰਨੇ ਵਜੇ ਮੈਂ ਸੌਂ ਹੀ ਜਾਣਾ, ਤਾਂ ਉੱਠਣ ਦਾ ਟਾਈਮ ਵੀ ਉਹਦੇ ਨਾਲ ਵਧੀਆ ਹੋ ਜਾਏਗਾ। ਹੁਣ ਜਿਹੜੇ ਬੰਦੇ ਦਾ ਸੌਣ ਦਾ ਟਾਈਮ ਹੀ ਪੱਕਾ ਨਹੀਂ, ਕਦੇ 11 ਵਜੇ ਸੌਂ ਗਿਆ, ਕਦੇ 12 ਵਜੇ ਸੌਂ ਗਿਆ, ਉਹ ਅੰਮ੍ਰਿਤ ਵੇਲੇ ਕਿਵੇਂ ਉੱਠੂਗਾ? ਉਹ ਕਿਵੇਂ ਭਜਨ ਬੰਦਗੀ ਨਾਲ ਜੁੜ ਜੂਗਾ? ਤਾਂ ਸਭ ਤੋਂ ਪਹਿਲੀ ਗੱਲ ਜਿਹੜੀ ਤੁਸੀਂ ਨੋਟ ਕਰਨੀ ਆ, ਆਪਣਾ ਜਿਹੜਾ ਸਮਾਂ ਸਾਰਨੀ ਆ ਸੌਣ ਦਾ ਉਹਨੂੰ ਠੀਕ ਕਰਨਾ। ਕੰਮ ਧੰਦੇ ਕਰਕੇ ਦਿਨੇ ਕਬੀਲਦਾਰੀ ਦੇ ਸਾਰੇ ਕੰਮ ਕਰਕੇ ਰਾਤ ਨੂੰ ਜਦੋਂ ਸੌਣਾ ਉਹਦਾ ਪੱਕਾ ਟਾਈਮ ਮਿੱਥ ਲੈਣਾ, ਇੰਨੇ ਵਜੇ ਮੈਂ ਸੌਂ ਜਾਣਾ। ਆਪਣੇ ਆਪ ਨੂੰ ਮਸ਼ੀਨ ਨਹੀਂ ਬਣਾਉਣਾ ਵੀ ਰਾਤ ਨੂੰ ਵੀ ਕੰਮ ਕਰਨਾ, ਨਾ ਇਹ ਗਲਤੀ ਨਹੀਂ ਕਰਨੀ। ਇੰਨੇ ਲਾਲਚੀ ਨਾ ਬਣੋ ਵੀ ਮੁੜ ਕੇ ਡਾਕਟਰਾਂ ਨੂੰ ਪੈਸੇ ਦੇਣੇ ਪੈ ਜਾਣ। ਤਾਂ ਇਹ ਮੇਰੀ ਗੱਲ ਪਹਿਲੀ ਤੁਸੀਂ ਚੇਤੇ ਰੱਖਣੀ ਆ। ਤਾਂ ਆਓ ਹੁਣ ਆਪਾਂ ਦੂਜੀ ਗੱਲ ਵੱਲ ਚੱਲਦੇ ਹਾਂ, ਇਹ ਵੀ ਬੜੀ ਜ਼ਰੂਰੀ ਆ। ਜਿਹੜੇ ਕਮਰੇ ਵਿੱਚ ਤੁਸੀਂ ਸੌਣਾ ਉਹ ਵਾਤਾਵਰਨ ਵੀ ਸੌਣ ਦੇ ਅਨੁਕੂਲ ਹੋਣਾ ਚਾਹੀਦਾ। ਜਿਵੇਂ ਕਿ ਹੁਣ ਸ਼ੋਰ ਸ਼ਰਾਬਾ ਹੋ ਰਿਹਾ ਤੁਹਾਡੇ ਕਮਰੇ ਵਿੱਚ, ਤੁਹਾਨੂੰ ਕਿਵੇਂ ਚੰਗੀ ਨੀਂਦ ਆ ਜੂਗੀ? ਕੋਈ ਗੱਲਾਂ ਕਰ ਰਿਹਾ। ਤਾਂ ਉਹ ਜਿਹੜੀ ਜਗ੍ਹਾ ਜਿੱਥੇ ਤੁਸੀਂ ਸੌਣਾ, ਕਿਉਂਕਿ ਅੱਜ ਕੱਲ੍ਹ ਆਪਣੇ ਕੋਲ ਸਾਰਿਆਂ ਕੋਲ ਆਪਣੇ ਕਮਰੇ ਹੁੰਦੇ ਆ ਜਿੱਥੇ ਆਪਾਂ ਸੌਂਦੇ ਆ। ਇੱਕ ਕਮਰੇ 'ਚ 2 ਜਾਂ 3 ਜਾਣੇ ਸੌਂਦੇ ਆ। ਇਸ ਤਰ੍ਹਾਂ ਦਾ ਮਾਹੌਲ ਹੁੰਦਾ ਘਰਾਂ ਦਾ। ਤੇ ਉਦੋਂ ਤੁਸੀਂ ਮਾਹੌਲ ਨੂੰ ਵਧੀਆ ਬਣਾਉਣ ਵਾਸਤੇ ਸੌਣ ਤੋਂ ਪਹਿਲਾਂ ਜਿਹੜਾ ਵਾਤਾਵਰਨ ਆ, ਬਾਣੀ ਪੜ੍ਹ ਸਕਦੇ ਹੋ, ਕੀਰਤਨ ਸੋਹਿਲਾ ਦੀ ਬਾਣੀ ਜੇ ਤੁਹਾਨੂੰ ਕੰਠ, ਉਹਦੇ ਨਾਲ ਮਨ ਸ਼ਾਂਤ ਹੁੰਦਾ, ਵਧੀਆ ਨੀਂਦ ਆਉਂਦੀ ਆ, ਚੰਗੇ ਵਿਚਾਰ ਆਉਂਦੇ ਆ, ਬੁਰੇ ਸੁਪਨੇ ਨਹੀਂ ਆਉਂਦੇ। ਤਾਂ ਇਸ ਕਰਕੇ ਭਾਈ ਸ਼ੋਰ ਸ਼ਰਾਬਾ ਨਹੀਂ ਹੋਣਾ ਚਾਹੀਦਾ ਤੁਹਾਡੇ ਕਮਰੇ ਵਿੱਚ ਜਿੱਥੇ ਤੁਸੀਂ ਸੌਣਾ ਹੋਵੇ। ਇਹ ਨਾ ਹੋਵੇ ਉੱਥੇ ਟੈਲੀਵਿਜ਼ਨ ਲੱਗਾ ਹੋਵੇ, LCD ਦੀ ਆਵਾਜ਼ ਉੱਚੀ ਕੀਤੀ ਪਈ ਆ ਤੇ ਤੁਹਾਡੇ ਸੌਣ ਦਾ ਟਾਈਮ ਆ। ਇੱਦਾਂ ਦੀ ਗੱਲ ਨਹੀਂ ਹੋਣੀ ਚਾਹੀਦੀ ਕੋਈ। ਤੇ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਆਪਣਾ ਜਿਹੜਾ ਮਾਹੌਲ ਆ ਸਰੀਰ ਦਾ, ਉਹ ਪੈਰ ਜਿਹੜੇ ਆ ਧੋ ਕੇ, ਮੂੰਹ ਹੱਥ ਧੋ ਕੇ ਸੌਵੋਗੇ ਤੇ ਚੰਗੀ ਨੀਂਦ ਆਵੇਗੀ। ਜੇ ਉੱਦਾਂ ਹੀ ਚਲੇ ਜਾਵੋਗੇ ਬਿਸਤਰੇ ਤੇ, ਉਨੀ ਚੰਗੀ ਨੀਂਦ ਤੁਹਾਨੂੰ ਆਵੇਗੀ ਨਹੀਂ। ਇਹ ਕਰਕੇ ਦੇਖ ਲਿਓ। ਇਹ ਦੂਜੀ ਗੱਲ ਆ। ਹੁਣ ਆਪਾਂ ਤੀਜੀ ਗੱਲ ਬਾਰੇ ਵਿਚਾਰ ਕਰਦੇ ਹਾਂ। ਤਾਂ ਇਹ ਵੀ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਵਪੂਰਨ ਆ। ਅੱਜ ਕੱਲ੍ਹ ਟੈਕਨੋਲੋਜੀ ਦਾ ਜ਼ਮਾਨਾ, ਕਈ ਵਾਰੀ ਸਾਡੇ ਸਿਰਹਾਣੇ ਹੀ ਫੋਨ ਪਏ ਰਹਿੰਦੇ ਆ। ਕਈ ਵਾਰੀ ਅਸੀਂ ਇੱਥੋਂ ਤੱਕ ਸਾਨੂੰ ਨੀਂਦ ਵੀ ਆਉਂਦੀ ਹੁੰਦੀ ਪਰ ਅਸੀਂ ਫੋਨ ਚਲਾਉਣੋਂ ਨਹੀਂ ਹਟਦੇ। ਫੋਨ ਆ ਕੇ ਸਾਡੇ ਮੂੰਹ 'ਤੇ ਵੱਜਦਾ, ਆਪਾਂ ਫੋਨ ਚਲਾ ਰਹੇ ਹਾਂ ਤੇ ਉਹ ਨੀਂਦ ਆਉਂਦੀ ਹੁੰਦੀ ਆ, ਫਿਰ ਆਪਾਂ ਫੋਨ ਚੁੱਕ ਲੈਂਦੇ ਆ। ਕੋਈ ਚੀਜ਼ ਸ਼ੁਰੂ ਕਰ ਲਈ ਆਪਾਂ, ਇਸ ਤਰ੍ਹਾਂ ਕਹਿੰਦੇ ਵੀ ਇਹ ਚੀਜ਼ ਨਿਬੇੜ ਕੇ ਸੌਣਾ। ਨਹੀਂ ਭਾਈ, ਸੌਣ ਦਾ ਪੱਕਾ ਟਾਈਮ ਹੋਣਾ ਚਾਹੀਦਾ। ਤੇ ਜਿਹੜੇ ਵੀ ਇਲੈਕਟ੍ਰੋਨਿਕ ਯੰਤਰ ਆ, ਜਿੰਨੇ ਵੀ ਮੋਬਾਈਲ ਫੋਨ, ਲੈਪਟਾਪ, ਟੈਬਲੇਟ, ਜੋ ਵੀ ਕੁਝ ਆ, ਕੰਪਿਊਟਰ ਵਗੈਰਾ, ਸੌਣ ਤੋਂ ਘੱਟੋ ਘੱਟ 1 ਘੰਟਾ ਪਹਿਲਾਂ ਇਹ ਆਪਣੇ ਆਪ ਤੋਂ ਦੂਰ ਰੱਖਣੇ ਹੁੰਦੇ ਆ। ਤੁਸੀਂ ਕਹੋਗੇ ਭਾਈ ਅੱਜ ਤਾਂ ਇਹ ਜਿਹੜਾ ਜ਼ਮਾਨਾ ਹੀ ਫੋਨ 'ਤੇ ਆ, फोन कोल रखो। मैं ये नहीं कह रहा कई बार किसी ने तो तुहानू जरूरी फोन भी आ सकता, पर सौण तो घंटा पहला कम से कम उन्होंने थोड़ा जिहा दूरी ते रखो, क्योंकि फोन दे विच इहो जिहियां किरनां हुंदियां ਜਿਹੜੀਆਂ ਸਾਰੀ ਰਾਤ ਸਾਡੇ ਦਿਮਾਗ ਤੇ ਅਸਰ ਕਰਦੀਆਂ। ਹੁਣ ਕੁਝ ਲੋਕ ਆ ਉਹਨਾਂ ਦੇ ਸਰਾਣੇ 2-2 ਫੋਨ 3-3 ਫੋਨ ਪਏ ਹੁੰਦੇ। ਮੈਂ ਇਹ ਕਹਿ ਰਿਹਾ ਵੀ ਇਹਨਾਂ ਤੋਂ ਥੋੜੀ ਜਿਹੀ ਦੂਰੀ ਬਣਾ ਕੇ ਰੱਖਣੀ ਆ, ਸਾਰਾ ਦਿਨ ਨਹੀਂ, ਰਾਤ ਨੂੰ ਸੌਣ ਤੋਂ ਪਹਿਲਾਂ, ਕਿਉਂਕਿ ਇਹਨਾਂ ਵਿੱਚੋਂ ਜਿਹੜੀਆਂ ਤਰੰਗਾਂ ਨਿਕਲਦੀਆਂ ਉਹ ਸਾਡੇ ਦਿਮਾਗ ਲਈ ਠੀਕ ਨਹੀਂ ਹੁੰਦੀਆਂ। ਇਹਨਾਂ ਚੀਜ਼ਾਂ ਦਾ ਤੁਸੀਂ ਖਿਆਲ ਰੱਖਣਾ, क्योंकि कई बारी सारी रात आपां फोन चलाई जाने आ, मुड़ के दिने सानू नींदरा हो जाता, काम ते ध्यान नहीं लगता, खिज आउंदी आ। जदों नींद नहीं पूरी हुंदी ना बंदे दी, बंदे नू काम ते बंदा खिजदा ते दूजियां नाल लड़दा, दोस्ती च दराड़ां पैंदियां। देखो किन्नियां चीज़ां एक दूजे नाल जुड़ियां पईयां। तां इह तीन गल्लां दा तुसीं ध्यान रखना। अगली चौथी गल इह भी बहुत जरूरी है। कुछ लोक हुंदे आ, महाराज दी बाणी कहंदी आ वी शराब नहीं पीनी चाहिदी। भगत रविदास जी कहते तो उन्हों के बचन आ भी हर जस करत नहीं पान, कहते भावें गंगा दे जल नाल शराब बनी होवे, गुरु दा सिख रब दा प्यारा कदे शराब नहीं पींदा। कुछ लोग हुंदे आ जिहड़े कहते भाई सानू तां दो पैग लाए बिना नींद नहीं आउंदी, फिर ओह शराब पी लैंदे आ ते सौण तो कुछ घंटे पहलां शराब पींदे आ। ये चीज़ तुसीं बिल्कुल नहीं करनी हैगी। ये चीज़ इन्नी माड़ी आ फेफड़ियां वास्ते, सेहत वास्ते, ते ये तुहाडे शरीर नूं गाल के रख दूगी। ऋषि मुनि एवें नहीं मना करते रहे, गुरु महाराज ने तां साफ कह दिता, जित पीतै मत दूर होए, बरल पवै विच आए। भाई जिहनूं पीण नाल बंदे दी मत मारी जांदी आ, उहनूं क्यों पीना? नाले सेहत लई हानिकारक आ। शराब दी बोतल ते लिखिआ भी ये हानिकारक आ, लोक तां भी पी जांदे आ। कमाल हो गई, हद हो गई, इन्ने मूड हो गए असीं। तां तुसीं भाई सौण तो पहला ये शराब नहीं पीनी हैगी। बच्चे तुहाडे वल देखणगे ते उन्हां ते असर की पवेगा। इस करके भाई शराब पीण तो परहेज करो जिन्ना भी हो सकदा। अगली गल जिहड़ी आ पंजवीं गल, ਉਹ ਗਲਤੀ बहुत सारे जाने करदे आ। मैं देखिआ ਇਹ ਕਹਿੰਦੇ ਆ ਵੀ ਰਾਤ ਦਾ ਜਿਹੜਾ ਖਾਣਾ ਹਲਕਾ ਖਾਣਾ ਹੁੰਦਾ, ਉਹ ਕਿਹਾ ਜਾਂਦਾ ਵੀ ਦਿਨ ਦਾ ਜਿਹੜਾ ਭੋਜਨ ਆ ਸਵੇਰ ਵੇਲੇ ਦਾ ਰਾਜਿਆਂ ਵਾਂਗ, ਦੁਪਹਿਰ ਦਾ ਭੋਜਨ ਰਾਣੀ ਵਾਂਗ, ਰਾਤ ਦਾ ਭੋਜਨ ਭਿਖਾਰੀ ਵਾਂਗ ਹੋਣਾ ਚਾਹੀਦਾ ਜੇ ਤੁਸੀਂ ਅਰੋਗ ਰਹਿਣਾ, ਦੇਹ ਨੂੰ ਰੋਗਾਂ ਤੋਂ ਰਹਿਤ ਰੱਖਣਾ। ਆਪਣੇ ਲੋਕ ਕੀ ਕਰਦੇ ਆ, ਰਾਤ ਨੂੰ ਪੂਰਾ ਰੱਜ ਕੇ ਸੌਂਦੇ ਆ, ਰੋਟੀਆਂ ਦੇ ਨਾਲ ਚਿਣੀ ਜਾਂਦੇ ਆ 1 2 3 4 5। ਰਾਤ ਨੂੰ ਤਾਂ ਹਲਕਾ ਖਾਣਾ ਹੁੰਦਾ, ਦਿਨੇ ਆਪਾਂ ਤੁਰੇ ਫਿਰਦੇ ਆ, ਥੋੜਾ ਬਹੁਤਾ ਚੱਲਦੇ ਆ। ਰੋਟੀ ਖਾ ਕੇ ਰਾਤ ਨੂੰ ਜਦੋਂ ਬੰਦਾ ਸੌਂ ਜਾਊਗਾ ਰੋਗ ਹੀ ਲੱਗਣੇ ਆ ਉਹਨੂੰ। ਨਾਲੇ ਭਗਤ ਫਰੀਦ ਜੀ ਕਹਿੰਦੇ ਆ, ਉਹਨਾਂ ਦਾ ਬਚਨ ਆ, ਭੁੱਖ ਤੋਂ ਇੱਕ ਵੀ ਰੋਟੀ ਜਿਹੜੀ ਆ ਬੁਰਕੀ ਵੱਧ ਖਾਧੀ ਗਈ ਨਾ ਰੋਗ ਬਣਦੀ ਆ। ਇੱਕ ਵੀ ਬੁਰਕੀ ਭੁੱਖ ਤੋਂ ਵੱਧ ਤੁਸੀਂ ਖਾਂਦੇ ਹੋ ਤੇ ਰੋਗ ਬਣ ਜਾਂਦੀ ਆ। ਗੁਰਮੁਖ ਪਿਆਰਿਓ, ਇਹ ਚੀਜ਼ ਦਾ ਤੁਸੀਂ ਚੇਤੇ ਰੱਖਣੀ ਆ। ਰਾਤ ਨੂੰ ਸੌਣ ਤੋਂ ਪਹਿਲਾਂ ਹਲਕਾ ਭੋਜਨ ਹੀ ਖਾਣਾ। ਇਹ ਪੰਜਵੀਂ ਗੱਲ ਸਦਾ ਦਿਲ ਤੇ ਲਿਖ ਲਓ, ਇਹ ਤਾਂ ਬਹੁਤ ਜ਼ਰੂਰੀ ਆ। ਇਹ ਡਾਕਟਰਾਂ ਨੂੰ ਪੈਸੇ ਦੇਣ ਤੋਂ ਤੁਸੀਂ ਬਚ ਜਾਵੋਗੇ। ਛੇਵੀਂ ਗੱਲ ਆ ਜਿਹੜੀ ਕੋਈ ਕਰਦਾ, ਵਿਰਲਾ ਹੀ ਕਰਦਾ, ਕਿਉਂਕਿ ਲੋਕ ਜਿਹੜੇ ਆ ਪਦਾਰਥਵਾਦੀ ਆ, ਆਪਣੀ ਆਪਣੀ ਲਾਈਫ ਵਿੱਚ ਬਹੁਤ ਜ਼ਿਆਦਾ ਜ਼ਿੰਦਗੀ 'ਚ ਵਿਅਸਤ ਆ, ਪੈਸਾ ਕਮਾਉਣ ਦੀ ਦੌੜ ਬੰਦੇ 'ਚ ਲੱਗੀ ਹੋਈ ਆ। ਸੌਣ ਤੋਂ ਪਹਿਲਾਂ ਜੇ ਬੰਦਾ ਇਸ਼ਨਾਨ ਕਰ ਲਵੇ, ਜੇ ਬੰਦਾ ਚੰਗੀਆਂ ਕਿਤਾਬਾਂ ਪੜ੍ਹ ਲਵੇ, ਗਰਮ ਪਾਣੀ ਨਾਲ ਇਸ਼ਨਾਨ ਕਰਕੇ ਥਕਾਵਟ ਲੈ ਜਾਂਦੀ ਸਾਰੇ ਦਿਨ ਦੀ, ਧਿਆਨ ਕਰ ਸਕਦਾ, ਅੱਖਾਂ ਮੀਟ ਕੇ ਵਾਹਿਗੁਰੂ ਨੂੰ ਚੇਤੇ ਕਰ ਸਕਦਾ, ਸਿਮਰਨ ਕਰ ਸਕਦਾ, ਇਹਦੇ ਨਾਲ ਸ਼ਾਂਤੀ ਆਉਂਦੀ ਤੇ ਸ਼ਾਂਤੀ ਆਊਗੀ ਤੇ ਚੰਗੀ ਨੀਂਦ ਵੀ ਆਊਗੀ। ਪਰ ਲੋਕ ਇਹ ਕਰਦੇ ਨਹੀਂ। ਇਹ 1% ਲੋਕ ਆ ਜਿਹੜੇ ਕਰ ਰਹੇ ਆ। ਜੇ ਤੁਸੀਂ ਕਰ ਲਓਗੇ ਤੇ ਤੁਹਾਨੂੰ ਪਤਾ ਲੱਗ ਜੂ ਵੀ ਇਹ ਗੱਲ ਕਿੱਡੀ ਮਹੱਤਵਪੂਰਨ ਆ ਚੰਗੀ ਨੀਂਦ ਵਾਸਤੇ। ਤਾਂ ਗੁਰਮੁਖ ਪਿਆਰਿਓ, ਇਹ ਚੀਜ਼ਾਂ ਦਾ ਤੁਸੀਂ ਖਿਆਲ ਰੱਖਣਾ ਵਾ। ਅਗਲੀ ਜਿਹੜੀ 7ਵੀਂ ਗੱਲ ਆ, ਉਹ ਬਹੁਤ ਲੋਕ ਗਲਤੀ ਕਰਦੇ ਆ। ਮੈਂ ਆਪਦੀ ਜ਼ਿੰਦਗੀ ਵਿੱਚ ਦੇਖਿਆ ਇਹ ਬਹੁਤ ਲੋਕ, ਇਹ ਵੱਡੀ ਭੁੱਲ ਆ ਭਾਈ। ਉਹ ਫਿਰ ਉਹ ਕਹਿਣਗੇ ਜੀ ਸਾਨੂੰ ਚੰਗੀ ਨੀਂਦ ਨਹੀਂ ਆਉਂਦੀ ਹੈਗੀ, ਇਸ ਕਰਕੇ। ਤੇ ਕਈ ਵਾਰੀ ਕੀ ਹੁੰਦਾ, ਡਰਾਉਣੇ ਸੁਪਨੇ ਵੀ ਆਉਂਦੇ ਆ। ਸੌਣ ਤੋਂ ਪਹਿਲਾਂ ਕਈ ਵਾਰੀ ਹੁੰਦਾ ਵੀ ਸਰਦੀ ਦਾ ਮੌਸਮ ਆ ਤੇ ਅਸੀਂ ਵਾਸ਼ਰੂਮ ਦੇ ਵਿੱਚ ਜਾਣਾ, ਪਰ ਅਸੀਂ ਜਾਂਦੇ ਨਹੀਂ ਹੈਗੇ। ਕੁਝ ਲੋਕ ਜਾਂਦੇ ਨਹੀਂ ਤੇ ਫਿਰ ਰਾਤ ਨੂੰ ਉਹਨਾਂ ਨੂੰ ਜਦੋਂ ਆਉਂਦਾ ਉਦੋਂ ਰੋਕ ਲੈਂਦੇ ਆ। फिर उदों वो चीज़ उन्होंने ते इन्ना असर करती है दिमाग ते बुरे सुपने आने का मनोविग्यानी कहते ये भी कारण आ। रात को पेशाब करना जाना नहीं तो रोक लेना ये बुरे सुपने आने का कारण बनता। मनोविग्यानियों ने गल सिद्ध करती है। तो बहुत लोग इदा करते भी सर्दी है चल की जाना सवेरे उठ के कर लाँगे। भाई ये चीज़ा आपदे आप नूं भावें एक तरह पीड़ के रख देने वाली गल आ। ये गलती सारे करते हैं तकरीबन, बच्चे ज़्यादा करते हैं, बच्चों में बहुत चीज़ आ। इस करके रात को अपने बच्चों को सौण तो पहला बाथरूम में जाके वो सारी चीज़ रिलैक्सेशन जिन्हों आपां कहने आ वो करके उदों बाद नींद लैनी चाहिदी है, फिर ही नींद आवेगी ना चंगी। ये चीज़ भाई खास ख्याल रखना तुसीं इहदा। ये गल तुहानूं हो सकदा हासोहीणी भी लगे भी ये की कही जांदे हो, पर यह गल हैगी आ ते सच आ। मनोविग्यान जिहड़ी चीज़ नूं मंनदा भाई एवें थोड़ी बणीआं चीज़ां है। तो बच्चे की चंगी नींद इस तरह ही आती होंगी आ। तो भाई ये चीज़ का आप भी ख्याल रखना, अपने बच्चों को भी दसनी है। ये चीज़ बुरे सुपने आने का कारण ये भी आ। सुपने आते रहेंगे नींद चंगी नहीं आएगी। वो नींद भावें 3-4 घंटे की होवे पर चंगी होवे बंदे की थकावट ला दिंदी है। ये बच्चे शोर शराबा होई जाना, बुरे सुपने आई जाने, धड़क के उठ खड़ना, फिर सौ जाना, फिर नींद आ जानी, फिर सुपने आ जाने, फिर टुट जाने। ये कादी नींद होई? ये तो कोई नींद ना होई। अगे 8वीं गल जिहड़ी मैं देखी आ भी ये भी बहुत वड्डी लोकां विच कमी आ। वो किहड़ी कमी आ? वो मैं ये देखिया भी कुछ लोग जिहड़े आ ना तंग कपड़े पा के सौण चले जांदे आ, जिवें कि बैल्ट लगी आ मान लो उदाहरण ही है, तां पूरी कसमी पैंट पाई होई आ, इवें नहीं सोया जांदा हुंदा। ਤਾਂ ਇਹ ਜਿਹੜੇ ਕੱਪੜੇ ਆ ਰਾਤ ਨੂੰ ਸੌਣ ਵਾਲੇ ਆਰਾਮਦਾਇਕ ਹੋਣੇ ਚਾਹੀਦੇ ਆ। ਜੇਕਰ ਕੱਪੜੇ ਆਰਾਮਦਾਇਕ ਨਹੀਂ ਹੋਣਗੇ ਤਾਂ ਚੰਗੀ ਨੀਂਦ ਨਹੀਂ ਆਵੇਗੀ। ਇਹ ਗੱਲ ਤੁਸੀਂ ਨੋਟ ਕਰ ਲਓ, ਕਿਉਂਕਿ ਸਾਨੂੰ ਇਹ ਕੱਪੜੇ ਜਿਹੜੇ ਆ ਕਈ ਵਾਰੀ ਜਿਹੜੀ ਸਕੂਲ ਦੇ ਵਿੱਚ ਅਸੀਂ ਜਾਂਦੇ ਆ, ਕੰਮ ਤੇ ਜਾਂਦੇ ਆ, ਕਿਤੇ ਵੀ ਜਾਂਦੇ ਆ, ਕੋਈ ਵਰਕ ਕਰਦਾ, ਕੋਈ ਵੀ ਜੌਬ ਕਰਦਾ, ਨੌਕਰੀ ਕਰਦਾ, ਉਹ ਜਿਹੜੇ ਕੱਪੜੇ ਹੁੰਦੇ ਆ ਉਹ ਹੋਰ ਤਰ੍ਹਾਂ ਦੇ ਹੁੰਦੇ ਆ। ਉਹਨਾਂ ਨੂੰ ਅਸੀਂ ਰਾਤ ਨੂੰ ਸੌਣ ਵੇਲੇ ਨਹੀਂ ਵਰਤ ਸਕਦੇ। ਇਹ ਵਰਤੋਂਗੇ ਚੰਗੀ ਨੀਂਦ ਨਹੀਂ ਆਵੇਗੀ। ਤਾਂ ਰਾਤ ਨੂੰ ਆਰਾਮਦਾਇਕ ਕੱਪੜੇ ਜਿਹੜੇ ਆ ਉਹ ਤੁਹਾਨੂੰ ਪਹਿਨਣੇ ਚਾਹੀਦੇ ਆ। ਇਹ ਵੀ ਗੱਲ ਤੁਸੀਂ ਚੇਤੇ ਰੱਖਣੀ ਆ। ਜੇ ਨਹੀਂ ਕਰੋਗੇ ਤੇ ਨੀਂਦ ਜਿਹੜੀ ਆ ਉਹਦਾ ਤੁਸੀਂ ਫਰਕ ਦੇਖ ਲਿਓ। ਤੰਗ ਕੱਪੜੇ ਪਾ ਕੇ ਪੈ ਜਿਓ ਤੇ ਆਰਾਮਦਾਇਕ ਕੱਪੜੇ ਪਾ ਕੇ ਪੈ ਜਿਓ, ਫਰਕ ਦੇਖਿਓ ਕਿੰਨਾ ਇਹਦੇ ਵਿੱਚ। ਦਿਮਾਗ ਉਹਨਾਂ ਖੁੱਲਦਾ ਹੀ ਨਹੀਂ ਹੈਗਾ ਬੰਦੇ ਦਾ, ਚੰਗੀ ਨੀਂਦ ਨਹੀਂ ਆਉਂਦੀ ਹੈਗੀ। ਸਵੇਰੇ ਉੱਠ ਕੇ ਸਿਰ ਭਾਰਾ ਭਾਰਾ ਲੱਗੂਗਾ। ਅੱਗੇ ਹੁਣ ਮੈਂ 9ਵੀਂ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਆ। ਕਈ ਵਾਰੀ ਕੀ ਹੁੰਦਾ ਸਾਨੂੰ ਅਸੀਂ ਇੰਨੇ ਥੱਕੇ ਹੁੰਨੇ ਆ, ਨੀਂਦ ਆ ਰਹੀ ਹੁੰਦੀ ਆ, ਕੰਮ ਵੀ ਇੱਕ ਪਾਸੇ ਪਿਆ ਹੁੰਦਾ, ਮੰਨ ਲਓ ਕਿਸੇ ਦਾ ਕੰਮ ਪਿਆ ਤੇ ਨੀਂਦ ਵੀ ਆ ਰਹੀ ਆ। ਹੁਣ ਕੀ ਕਰਨਾ ਚਾਹੀਦਾ ਉੱਥੇ ਤੁਹਾਨੂੰ? ਉਧਰੋਂ ਤਾਂ ਕੰਮ ਵੀ ਜ਼ਰੂਰੀ ਆ ਤੇ ਨੀਂਦ ਵੀ ਆ ਰਹੀ ਆ। ਉਸ ਵਕਤ ਕੀ ਹੁੰਦਾ ਅਸੀਂ ਥੋੜਾ ਜਿਹਾ ਸਮਾਂ ਆਰਾਮ ਕਰ ਸਕਦੇ ਹਾਂ ਅੱਖਾਂ ਮੀਟ ਕੇ। ਮੰਨ ਲਓ ਤੁਹਾਨੂੰ ਨੀਂਦ ਆ ਰਹੀ ਆ, ਤੁਸੀਂ 15-20 ਮਿੰਟ ਆਰਾਮ ਕਰ ਲਓ ਉਦੋਂ, ਕਿਉਂਕਿ ਜੇ ਤੁਸੀਂ ਕੰਮ ਕਰਨ ਲੱਗੋਗੇ ਤੁਹਾਡੀ ਇਕਾਗਰਤਾ ਨਹੀਂ ਬਣਨੀ। ਅਲਾਰਮ ਲਾ ਲਓ, 15-20 ਮਿੰਟ ਨੀਂਦ ਲੈ ਲਓ, ਫਿਰ ਉੱਠੋ, ਫਿਰ ਉਹ ਕੰਮ ਨੂੰ ਸ਼ੁਰੂ ਕਰ ਲਓ ਤੇ ਬਾਅਦ ਵਿੱਚ ਉਹ ਕੰਮ ਨੂੰ ਪੂਰਾ ਕਰਕੇ ਫਿਰ ਸੌਂ ਜਾਓ। ਬਹੁਤ ਨੀਂਦ ਆ ਰਹੀ ਆ, ਕੰਮ ਤੁਹਾਡੇ ਤੋਂ ਨਹੀਂ ਹੋਵੇਗਾ। ਤੁਹਾਨੂੰ 15-20 ਮਿੰਟ ਆਰਾਮ ਕਰ ਲੈਣਾ ਹੀ ਤੁਹਾਡੀ ਸਿਹਤ ਲਈ, ਤੁਹਾਡੇ ਮਨ ਲਈ ਚੰਗਾ। ਲੋਕ ਜਿਹੜੇ ਆ ਇਹਨਾਂ ਚੀਜ਼ਾਂ ਨੂੰ ਸਮਝਦੇ ਨਹੀਂ, ਉਹ ਕੰਮ ਹੀ ਕਰੀ ਜਾਂਦੇ ਆ। ਹੁਣ ਵਿਦਵਾਨ ਇਹ ਕਹਿੰਦੇ ਆ ਵੀ ਜੀ ਰੱਬ ਨੇ ਰਾਤ ਨਾ ਬਣਾਈ ਹੁੰਦੀ, ਲੋਕਾਂ ਨੇ ਕੰਮ ਕਰ ਕਰਕੇ ਮਰ ਜਾਣਾ ਸੀਗਾ। ਕੰਮ ਹੀ ਕਰੀ ਜਾਣਾ ਸੀ। ਲੋਕ ਇਹਨੇ ਪਦਾਰਥਵਾਦੀ ਹੋ ਗਏ, ਕਿਉਂਕਿ ਰਿਸ਼ਤਿਆਂ ਵਿੱਚ ਉਹ ਮਿਠਾਸ ਤਾਂ ਹੈ ਨਹੀਂ, ਪੈਸਾ ਹੀ ਸਭ ਕੁਝ ਹੋਇਆ ਪਿਆ। ਤੇ ਪੈਸਾ ਇੰਨਾ ਕੁਝ ਹੋ ਗਿਆ, ਬੰਦੇ ਦੀ ਸਿਹਤ, ਬੰਦੇ ਦੀ ਨੀਂਦ ਸਭ ਕੁਝ ਉੱਡੀ ਪਈ ਆ। ਤੇ ਉਧਰ ਕਈ ਲੋਕ ਇੰਨੇ ਆਲਸੀ ਆ, ਉਹਨਾਂ ਨੇ ਰਾਤ ਸਾਰੀ ਸੌਂ ਕੇ ਲੰਘਾਤੀ ਆ, ਦਿਨ ਖਾ ਕੇ ਲੰਘਾ ਦਿੱਤਾ ਤੇ ਰੱਬ ਦਾ ਨਾਮ ਤਾਂ ਜਪਿਆ ਹੀ ਨਹੀਂ ਉਹਨਾਂ ਨੇ। ਤਾਂ ਇਹ ਭਾਵੇਂ ਇੱਕ ਧਰਮ ਦਾ ਵਿਸ਼ਾ ਹੀ ਆ ਤੇ ਜਿਹੜਾ ਕਿ ਸਾਡੇ ਲਈ ਬਹੁਤ ਜ਼ਰੂਰੀ ਆ। ਕੁਝ ਲੋਕ ਹੁੰਦੇ ਆ ਜਿਹੜੇ ਭਾਈ ਆਪਣੇ ਆਪ ਆਪਦੀ ਜ਼ਿੰਦਗੀ ਦਾ ਗਲਾ ਆਪ ਘੁੱਟਦੇ ਆ। ਜਦੋਂ ਨੀਂਦ ਹੀ ਨਹੀਂ ਲੈਣੀ ਫਿਰ ਉਹ ਬੰਦਾ ਕਾਮਯਾਬ ਕਿਵੇਂ ਹੋ ਜਾਊਗਾ? ਨਾਲੇ ਪੈਸੇ ਨਾਲ ਆਪਾਂ ਕੀ ਕਰਨਾ ਜੇ ਬੰਦੇ ਨੂੰ ਨੀਂਦ ਹੀ ਨਾ ਆਈ? ਕੀ ਕਰੂਗਾ ਪੈਸਾ, ਮੈਨੂੰ ਦੱਸੋ ਤੁਸੀਂ? ਜੇ ਬੰਦੇ ਦੀ ਸਿਹਤ ਹੀ ਖਰਾਬ ਆ, जे बंदा सौ ही नहीं सकता, चंगी तरह नींद ही नहीं लै सकता आरामदायक, ओहदी जिंदगी नूं आपां की कहांगे, इहने की खट्टिया ते की गवाया। मेरे हिसाब नाल ते इहने गवाया ही आ, भी इहने प्राप्ति इहदी कुछ भी है नहीं, भी इहनूं नींद ही नहीं आउंदी। कमाल दी गल हो गई। हुण आपां आखरी गल करनी आ, समाप्ति वल चलीए आपां। इह भी बहुत जरूरी आ, क्योंकि जे इह ना कीती फिर बाकी जिहड़ियां 9 गल्लां मैं कीतियां उहदा कोई फायदा नहीं जे आ ना सुणी तुसीं। कई वारी की हुंदा, सानूं नींद नहीं आउंदी हुंदी, असीं सौण तां लगदे आ, अक्खां भी मीट लैने आ, पर नींद नहीं आउंदी। लम्मा समां बीत जांदा, 2-2 घंटे लंघ जांदे, नींद नहीं आउंदी। आपां कह दिंने आ कई वारी चल कोई ना, भी दिमाग दे उप्पर कोई टेंशन आ भी तां नहीं नींद आउंदी, चल कोई ना कल नूं आजू। फिर असीं आप डॉक्टर बन जाने आ। अपने विच मैं एक गल बड़ी देखी, जे तां कोई कैंप लगे पिंड विच, फिर सारे लोग जाणगे चलो भाई दवाई लियाइए, डॉक्टर दी सलाह लईए। जे घरे कोई बीमार हो जे सारे डॉक्टर बन जाणगे, जे पिंड 'च कोई डॉक्टर आ जे सारे रोगी बन जाणगे। हद हो गई। तां इह तां भाई जे तुहानूं नींद नहीं ना आ रही, चंगे डॉक्टर तो सलाह लैणी आ, आप दी डॉक्टरी नहीं विच घोटणी, आप नहीं घर दे वैद बनना। ये यूट्यूब ते भी कई दसदे आ भाई आह कर लो, ओह कर लो, इंटरनेट ते दसदे आ, उन्हां दे पिछे भी नहीं लगना, उन्हां ने कोई कोर्स नहीं कीता हुंदा। चंगे डॉक्टर दी सलाह लैणी आ, अपनी चिंता, अपना मन बारे, अपने चिंतन बारे, चिंता बारे सारा कुछ दसना भी मैनूं नींद नहीं आउंदी। ओह डॉक्टर तुहाडा इलाज करेगा। जे तुहानूं नींद नहीं आउंदी, तुसीं अक्खां मीट के पै जांदे हो, 2 घंटे लंघ जांदे, तुहानूं नींद नहीं आ रही, मतलब तुहानूं कोई रोग आ, मानसिक रोग आ, ये अगे जाके वध सकदा। चंगे डॉक्टर दी सलाह लैणी आ। कुछ डॉक्टर इहो जिहे जिहड़े लोकां दा गला वड्डण ते तुरे होए आ। अगे हुंदा सीगा भी डॉक्टर रब आ आपां कहना, पर हुण जिहड़े आ डॉक्टर, ये तां भाई काहदे रब आ, ये तां एक वड्डा माफिया, ये तां इस तरह भी लोकां दे गले वड्डदे आ। तो मैं तुहानूं कहूँगा भी चंगा डॉक्टर जिहड़ा तुहाडा सारा कुछ समझदा होवे, अंदर दी हालत नूं भी तुहानूं नींद क्यों नहीं आ रही, मनोविग्यानी डॉक्टर हुंदे आ, चंगे भी हुंदे आ, बीज नाश नहीं हुंदा किसी चीज़ दा। मैं सारे डॉक्टरां नूं नहीं कह रिहा। तुसीं चंगे डॉक्टर दी सलाह लैणी आ, अपने आप नूं ठीक रखना, क्योंकि जे सेहत आ ते भाई सब कुछ आ। तो महाराज अगे अज असी वेखदे हाँ गुरु ग्रंथ साहिब जी अगे बहुत लोग पता की अरदासां करनगे, महाराज तुरदियां फिरदियां नूं लै जी, इस तरह अरदासां करनगे, दे रोगता बख्शी महाराज। रब तो रब नूं कौन मंगदा, वह तो फिर बहुत तुसीं कहो भी परां दीयां गल्लां हो जाणीआं। जे वह गल्लां करन लग गए ना आपां, ते वह तुसीं कहना तुहानूं चंगियां नहीं लगणीआं वह गल्लां। जे मैं इदां कह दित्ता भी रब तो रब नूं मंगणा चाहीदा, तो तुहानूं चंगी नहीं लगनी, तुसीं कहना नहीं जी होर गल करो, क्योंकि लोग जिहड़े आ वो पदार्थवादी हो चुके आ। इस करके लोकां दी नींद उड्डी पई आ, भी महाराज दी बाणी नाल जुड़े नहीं हैगे, चिंता रब नूं चेते करदे नहीं, चिंता ही करनी है, जां तां रब नूं चेते कर सकदे आ जां फिर चिंता कर सकदे आ। तां भाई आह जिहड़ियां 10 गल्लां मैं दसियां, रहो विचार, इन्हां नूं तुसीं आपदी जिंदगी 'च कमा के देखो, ते जदों तुहाडी जिंदगी विच तुसीं कमा लोगे इन्हां नूं, ते उदों तुसीं दूजिआं नूं दसणा। बिना तजर्बे तो कीती गल अद्धी अधूरी जानकारी हानिकारक हुंदी आ। ते मैं जिन्नियां भी गल्लां तुहानूं कहीआं सारियां अपने तजर्बे चों दस रिहा। कोई भी गल मैं बाहरों नहीं कह रिहा, किते मैं पढ़ के नहीं कह रिहा, यह गल किताबी नहीं हैगी, ये तजर्बे विचों कई गल। ते तजर्बा बंदे नूं उदों ही आउंदा जदों उहने आप पिंडे ते हंडाई होवे। तां गुरमुख प्यारिओ, चंगी नींद लैणी आ, आह 10 गल्लां नूं जिंदगी विच पल्ले बन लिओ। अपने निआणिआं नूं, अपने बच्चिआं नूं, अपने मित्तरां नूं ये गल्लां जरूर दस्सिओ भी इवें चंगी नींद आउंदी आ बंदे नूं। ते असीं जिहड़ी नींद आ वो साडे लई परमात्मा वल्लों एक मैं कहूँगा तोहफा ही आ। जे इह ना हुंदा ते अपने सैल नहीं सी बनने, सारा दिन थके थके महसूस करना सी। बहुती दुनिया तनाव का शिकार हो रही है चंगी नींद ना लैण करके। सतगुरु महाराज सारिਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਸਭ ਨੂੰ ਹੀ ਸਿੱਖੀ ਦੀ ਦਾਤ ਮਹਾਰਾਜ ਦੇ ਅਰੋਗਤਾ ਬਖਸ਼ਿਸ਼ ਕਰਨ। ਸਾਰੇ ਲੋਕਾਂ ਦਾ ਤਣਾਅ ਤਦ ਹੀ ਦੂਰ ਹੋਵੇਗਾ ਜੇ ਅਸੀਂ ਗੁਰੂ ਨਾਲ ਜੁੜੇ ਹੋਵਾਂਗੇ, ਉਹਨਾਂ ਦੇ ਦੱਸੇ ਸਿਧਾਂਤਾਂ ਤੇ ਚੱਲਾਂਗੇ। ਗੁਰੂ ਮਹਾਰਾਜ ਕਿਰਪਾ ਕਰਨ। ਬਹੁਤ ਹੀ ਕੀਮਤੀ ਸਮਾਂ ਤੁਸੀਂ ਕੱਢਿਆ, ਇਹ ਵਿਚਾਰਾਂ ਨੂੰ ਸੁਣਿਆ ਹੈ, ਮੇਰੇ ਤੋਂ ਵਿਚਾਰ ਕਰਦੇ ਆ। एक नहीं बहुत भुलां हो गई होणगीआं, गुरु दी संगत सतगुरु महाराज बख्श लैण जी। भुल चुक दी खिमा। आओ जी आपां हुण रल मिल के ते सरबत दे भले दी अरदास करके फतेह बुलाइए। आखिए जी नानक नाम चढ़दी कला, तेरे भाणे सरबत दा ही भला जी। वाहिगुरु जी का खालसा, वाहिगुरु जी की फतेह।